ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਬਾਬਾ ਸਿੰਘ ਹੈ ਜੀ। ਕਿਹੜਾ ਪਿੰਡ ਹੈ ਜੀ? ਪਿੰਡ ਆਦਮਪੁਰ ਹੈ। ਕੀ ਘਟਨਾ ਹੋਈ ਘਟਨਾ? ਰਾਤ ਨਾ ਜੀ ਸਾਨੂੰ ਦੇਖੋ ਅਸੀਂ ਸੁੱਤੇ ਪਏ ਸੀਗੇ, ਸਾਨੂੰ ਨਹੀਂ ਪਤਾ, ਅਤੇ ਸਾਡੀ ਜਿਹੜੀ ਡਰਾਇੰਗ ਰੂਮ ਦੀ ਟਾਕੀ ਹੈ ਉਹ ਬੰਦਿਆਂ ਨੇ ਪੱਟ ਕੇ ਗਰਿੱਲ ਉਹਦੀ, ਅਤੇ ਸਾਡੇ ਘਰ ਐਂਟਰੀ ਕਰ ਲਈ ਉਹਨਾਂ ਨੇ। ਅਤੇ ਇੱਧਰ ਮੇਰੇ ਮੰਮਾ ਪਏ ਹੁੰਦੇ ਨੇ ਸਾਹਮਣੇ, ਅਤੇ ਉੱਧਰ ਨਾਲ ਦੇ ਰੂਮ 'ਚ ਮੈਂ ਪਿਆ। ਇਹ ਜਿੱਥੇ ਆਪਾਂ ਖੜ੍ਹੇ ਸਾਡਾ ਸਟੋਰ ਰੂਮ ਹੈ ਜੀ, ਇੱਥੇ ਸਾਡੀ ਅਲਮੀਰਾ ਵਗੈਰਾ ਪਈ ਹੈ, ਅਤੇ ਸਾਡਾ ਗੋਲਡ ਅਤੇ ਕੈਸ਼ ਇੱਥੇ ਪਿਆ ਸੀਗਾ। ਸਾਨੂੰ ਨਹੀਂ ਜੀ ਪਤਾ ਲੱਗਿਆ ਬਿਲਕੁਲ ਵੀ ਕਦੋਂ ਕੀ ਹੋਇਆ। ਅਤੇ ਜਿਹੜਾ ਸਾਡਾ 22-23 ਤੋਲੇ ਸੋਨਾ ਸੀਗਾ ਉਹ ਵੀ ਲੈ ਗਏ, ਅਤੇ 1.5 ਲੱਖ ਰੁਪਈਆ ਸਾਡਾ ਕੈਸ਼ ਸੀਗਾ। ਜਸਵੀਰ ਕੌਰ ਹੈ ਮੇਰੀ ਬੇਟੀ ਦਾ ਬੰਦਾ, ਮੇਰੀ ਬੇਟੀ ਦਾ 10 ਤੋਲੇ ਸੋਨਾ ਉਹਨੇ ਪਿਆ ਸੀਗਾ, ਉਹ ਘੁੰਮਣ ਚਲੇ ਗਏ, ਜਾਂਦੀ ਵੀ ਇੱਥੇ ਰੱਖ ਗਈ, ਬਸ ਉਹ ਵੀ ਨਾਲੇ ਚੱਕ ਲੈ ਗਏ। ਮੈਂ ਤਾਂ ਸਵੇਰੇ 3 ਵਜੇ ਦੇਖਿਆ ਸਟੋਰ ਖੁੱਲ੍ਹਾ ਪਿਆ, ਸਾਰਾ ਮੇਰਾ ਸਮਾਨ ਖਿੰਦ ਰਿਹਾ ਪਿਆ, ਸਾਰਾ ਕੁਝ ਚੱਕ ਲਏ ਗਏ, ਮੇਰਾ ਜਿੰਨਾ ਗੋਲਡ ਥਾ ਸਾਰੇ ਮੇਰੀਆਂ ਪੇਟੀਆਂ ਟੁੱਟੀਆਂ, ਖੁੱਲ੍ਹ ਕੇ ਕੈਸ਼ ਪਿਆ ਸੀ ਉਹ ਵੀ ਚੱਕ ਲਏ। ਮੈਨੂੰ ਪ੍ਰਸ਼ਾਸਨ ਤੋਂ ਮਤਲਬ ਕਿ ਮਿਲਣੀ ਚਾਹੀਦੀ ਹੈ, ਕਾਰਵਾਈ ਹੋਣੀ ਚਾਹੀਦੀ ਹੈ। ਜਸਵੀਰ ਕੌਰ ਮਨਜੀਤ ਕੌਰ ਕਿੱਥੇ ਗਏ ਸੀ? ਉਹ ਤਾਂ ਪਹਿਲਾਂ ਗਏ ਸੀ ਘੁੰਮਣ, ਹੁਣ ਤਾਂ ਆਪਣੇ ਸ਼ੌਕ ਜਾਂ ਤਾਂ ਪਰ ਹਾਂਜੀ ਬਹੁਤ ਦੂਰੀ ਪਿਆ ਸੀ ਉਹ ਨਾਮ ਰਣਜੀਤ ਸਿੰਘ ਹੈ ਜੀ। ਮੈਂ ਦੰਬੜਦਾਰ ਵੀ ਹਾਂ, ਸਾਬਕਾ ਸਰਪੰਚ ਵੀ ਹਾਂ ਜੀ ਇੱਥੇ ਦਾ। ਇਹ ਸਾਨੂੰ ਰਾਤ ਕੁਛ ਨਹੀਂ ਪਤਾ ਲੱਗਿਆ, ਨਿਆਣੇ ਵਿੰਦਰ ਅਤੇ ਮੈਂ ਬਾਹਰ ਢਾਬੇ 'ਤੇ ਪਿਆ ਸੀਗਾ, ਡਿਊਟੀ 'ਤੇ ਸੀਗਾ, ਅਤੇ ਜਿਸ ਟਾਈਮ ਇਹਨਾਂ ਨਾਲ ਉਰੇ ਕਾਰਵਾਈ ਹੋਈ ਹੈ, ਇਹਨਾਂ ਨੂੰ ਵੀ ਨਹੀਂ ਪਤਾ ਲੱਗਿਆ ਦਰਵਾਜ਼ਾ ਵੀ ਇਹਨਾਂ ਦਾ ਜਿੱਥੇ ਪੈਸੇ ਉਹ ਬਾਰ ਵੀ ਖੁੱਲ੍ਹਾ ਤਾਂ ਕੋਈ ਵਿੜਕ ਨਹੀਂ ਆਈ, ਕੋਈ ਕੁਛ ਨਹੀਂ ਹੋਇਆ। ਇਹ ਜਿਹੜਾ ਸੋਨਾ ਤਾਂ ਇਹਨਾਂ ਨੇ ਪਹਿਲਾਂ ਲੋਕਰ 'ਚ ਰੱਖਿਆ ਵਾ, ਤਾਂ ਫਿਰ ਇਹ ਬੇਟਾ ਮੇਰਾ ਢਾਬੇ ਦਾ ਕੰਮ ਕਰਦਾ। ਸਾਡੇ ਕੋਲ ਕੰਪਲੀਟਡ ਆਏ ਨੇ ਕਿ ਜਿਹੜਾ ਕੋਈ ਸਸਪੈਕਟ ਆ ਉਹਨਾਂ ਦੀ ਨੌਕਰ ਹੈ, ਅਤੇ ਉਹਨਾਂ ਨੇ ਵਿਜੇ ਦੱਸਿਆ ਕਿ ਅਸੀਂ ਇਹਨੂੰ ਇਨਵੈਸਟੀਗੇਟ ਕਰ ਰਹੇ ਹਾਂ, ਅਤੇ ਫਿਰ ਅਸੀਂ ਇਨਵੈਸਟੀਗੇਟ ਕਰਕੇ ਅਸੀਂ ਐਫ ਆਈ ਆਰ ਦਰਜ ਕਰਕੇ ਅਤੇ ਜਿਹੜੀ ਹੈਗੀ ਇਹਨੂੰ ਟਰੇਸ ਕਰਾਂਗੇ। ਨੇੜਲੇ ਪਿੰਡ ਆਦਮਪੁਰ ਵਿਖੇ ਚੋਰਾਂ ਵੱਲੋਂ ਸਰਪੰਚ ਦੇ ਘਰ ਕੀਤੀ ਲੱਖਾਂ ਦੀ ਚੋਰੀ ਕਰਕੇ ਫਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਰਣਜੀਤ ਸਿੰਘ ਨੰਬਰਦਾਰ ਤੇ ਉਹਨਾਂ ਦੀ ਪਤਨੀ ਜਸਵੀਰ ਕੌਰ ਨੇ ਦੱਸਿਆ ਕਿ ਸਰਹੰਦ ਪਟਿਆਲਾ ਰੋਡ ਤੇ ਸਥਿਤ ਉਹਨਾਂ ਦੀ ਕੋਠੀ ਤੇ ਨਾਲ ਹੀ ਉਹਨਾਂ ਦੇ ਬੇਟੇ ਬਾਬਾ ਸਿੰਘ ਵੱਲ ਨੰਬਰਦਾਰ ਨਾਮ ਦਾ ਢਾਬਾ ਖੁੱਲਿਆ ਹੋਇਆ। ਬੀਤੀ ਰਾਤ ਉਹਨਾਂ ਦਾ ਪਰਿਵਾਰ ਘਰ ਵੀ ਸੁੱਤਾ ਪਿਆ ਸੀ। ਜਦੋਂ ਸਵੇਰੇ ਕਰੀਬ 4 ਵਜੇ ਸਰਪੰਚ ਦੀ ਪਤਨੀ ਜਸਵੀਰ ਕੌਰ ਉੱਠੀ ਤਾਂ ਉਹ ਨਹਾਉਣ ਲਈ ਅਲਮਾਰੀ ਵਾਲੇ ਕਮਰੇ ਵਿੱਚ ਕੱਪੜੇ ਲੈਣ ਗਈ ਤਾਂ ਉਸਨੇ ਦੇਖਿਆ ਕਿ ਅਲਮਾਰੀ ਦੇ ਦਰਵਾਜ਼ੇ ਖੁੱਲ੍ਹੇ ਪਏ ਸਨ ਤੇ ਅਲਮਾਰੀ ਵਿਚਲੇ ਸਾਰੇ ਕੱਪੜੇ ਖਿਲਰੇ ਹੋਏ ਸਨ। ਉਹਨਾਂ ਦੱਸਿਆ ਕਿ ਘਰ ਵਿੱਚ ਬਾਹਰਲੇ ਕਮਰੇ ਦੀ ਗਰਿੱਲ ਟੁੱਟੀ ਹੋਈ ਸੀ ਜਿਸ ਨੂੰ ਤੋੜ ਕੇ ਚੋਰ ਘਰ ਵਿੱਚ ਦਾਖਲ ਹੋਏ ਸਨ। ਸਾਬਕਾ ਸਰਪੰਚ ਰਣਜੀਤ ਸਿੰਘ ਦੀ ਪਤਨੀ ਜਸਵੀਰ ਕੌਰ ਨੇ ਇਸ ਦੀ ਜਾਣਕਾਰੀ ਨਾਲ ਢਾਬੇ ਉੱਪਰ ਬੈਠੇ ਆਪਣੇ ਪਤੀ ਸਾਬਕਾ ਸਰਪੰਚ ਰਣਜੀਤ ਸਿੰਘ ਨੂੰ ਦਿੱਤੀ ਤਾਂ ਉਹਨਾਂ ਆ ਕੇ ਦੇਖਿਆ ਕਿ ਅਲਮਾਰੀ ਦੇ ਲੋਕਰ ਵਿੱਚ ਕਰੀਬ 1.5 ਲੱਖ ਰੁਪਏ ਦੀ ਨਗਦੀ ਅਤੇ ਕਰੀਬ 23-24 ਤੋਲੇ ਸੋਨਾ ਗਾਇਬ ਸੀ। ਜਸਵੀਰ ਕੌਰ ਮੇਰੀ ਬੇਟੀ ਦਾ ਬੰਦਾ, ਮੇਰੀ ਬੇਟੀ ਦਾ 10 ਤੋਲੇ ਸੋਨਾ ਉਹਨੇ ਪਿਆ ਸੀਗਾ, ਉਹ ਘੁੰਮਣ ਚਲੇ ਗਏ, ਜਾਂਦੀ ਵੀ ਇੱਥੇ ਰੱਖ ਗਈ, ਬਸ ਉਹ ਵੀ ਨਾਲੇ ਚੱਕ ਲੈ ਗਏ। ਮੈਂ ਤਾਂ ਸਵੇਰੇ 3 ਵਜੇ ਦੇਖਿਆ ਸਟੋਰ ਖੁੱਲ੍ਹਾ ਪਿਆ, ਸਾਰਾ ਮੇਰਾ ਸਮਾਨ ਖਿੰਦ ਰਿਹਾ ਪਿਆ, ਸਾਰਾ ਕੁਝ ਚੱਕ ਲੈ ਗਏ, ਮੇਰਾ ਜਿੰਨਾ ਗੋਲਡ ਥਾ ਸਾਰੇ ਮੇਰੀਆਂ ਪੇਟੀਆਂ ਪੂਟੀਆਂ ਖੁੱਲ੍ਹ ਕੇ ਕੈਸ਼ ਪਿਆ ਸੀ ਉਹ ਵੀ ਚੱਕ ਲਏ। ਮੈਨੂੰ ਪ੍ਰਸ਼ਾਸਨ ਤੋਂ ਮਦਦ ਮਿਲਣੀ ਚਾਹੀਦੀ ਹੈ, ਕਾਰਵਾਈ ਹੋਣੀ ਚਾਹੀਦੀ ਹੈ। ਕੀ ਨਾਮ ਸੀ ਤੁਹਾਡਾ? ਜਸਵੀਰ ਕੌਰ। ਜਿਹੜੀ ਬੇਟੀ ਸੀ ਕੀ ਨਾਮ? ਮਨਜੀਤ ਕੌਰ। ਕਿੱਥੇ ਗਏ ਹੋਏ ਸੀ? ਉਹ ਤਾਂ ਪਹਿਲਾਂ ਗਏ ਸੀ ਘੁੰਮਣ, ਹੁਣ ਤਾਂ ਆਪਣੇ ਸਹੁਰੇ ਆ ਤਾਂ ਪਰ। ਤੇ ਗੋਲਡ ਫਿਰ ਉਰੇ ਰੱਖ ਗਏ ਸੀ? ਹਾਂਜੀ ਗੋਲਡ ਉਰੇ ਪਿਆ ਸੀਗਾ ਉਹਦਾ। ਸੇਫਟੀ ਲਈ ਰੱਖੇ ਸੀ ਵੀ ਚਲੋ ਤੁਹਾਡੇ ਨਾਲ ਸੇਫ ਰਹੇ। ਹਾਂਜੀ ਵੀ ਅਸੀਂ ਘੁੰਮਣ ਚਲੇ ਜਾਣਾ ਪਿੱਛੇ ਕਿਤੇ, ਉਹ ਜਿਹੜੀ ਗੱਲ ਦਾ ਡਰ ਸੀ ਉਹ ਹੀ ਹੋ ਗਿਆ। ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਬਾਬਾ ਸਿੰਘ ਹੈ ਜੀ। ਕਿਹੜਾ ਪਿੰਡ ਹੈ ਜੀ? ਪਿੰਡ ਆਦਮਪੁਰ ਹੈ। ਕੀ ਘਟਨਾ ਹੋਈ ਘਟਨਾ ਹੋਈ? ਰਾਤ ਨਾ ਜੀ ਸਾਨੂੰ ਦੇਖੋ ਅਸੀਂ ਸੁੱਤੇ ਪਏ ਸੀਗੇ, ਸਾਨੂੰ ਨਹੀਂ ਪਤਾ, ਅਤੇ ਸਾਡੀ ਜਿਹੜੀ ਡਰਾਇੰਗ ਰੂਮ ਦੀ ਟਾਕੀ ਹੈ ਉਹ ਬੰਦਿਆਂ ਨੇ ਪੱਟ ਕੇ ਗਰਿੱਲ ਉਹਦੀ, ਅਤੇ ਸਾਡੇ ਘਰ ਐਂਟਰੀ ਕਰ ਲਈ ਉਹਨਾਂ ਨੇ। ਅਤੇ ਇੱਧਰ ਮੇਰੇ ਮੰਮਾ ਪਏ ਹੁੰਦੇ ਨੇ ਸਾਹਮਣੇ, ਅਤੇ ਉੱਧਰ ਨਾਲ ਦੇ ਰੂਮ 'ਚ ਮੈਂ ਪਿਆ। ਇਹ ਜਿੱਥੇ ਆਪਾਂ ਖੜ੍ਹੇ ਹਾਂ ਸਾਡਾ ਸਟੋਰ ਰੂਮ ਹੈ ਜੀ, ਇੱਥੇ ਸਾਡੀ ਅਲਮੀਰਾ ਵਗੈਰਾ ਪਈ ਹੈ, ਅਤੇ ਸਾਡਾ ਗੋਲਡ ਅਤੇ ਕੈਸ਼ ਇੱਥੇ ਪਿਆ ਸੀਗਾ। ਸਾਨੂੰ ਨਹੀਂ ਜੀ ਪਤਾ ਲੱਗਿਆ ਬਿਲਕੁਲ ਵੀ ਕਦੋਂ ਕੀ ਹੋਇਆ। ਅਤੇ ਜਿਹੜਾ ਸਾਡਾ 22-23 ਤੋਲੇ ਸੋਨਾ ਸੀਗਾ ਉਹ ਵੀ ਲੈ ਗਏ, ਅਤੇ 1.5 ਲੱਖ ਰੁਪਈਆ ਸਾਡਾ ਕੈਸ਼ ਸੀਗਾ ਉਹ ਲੈ ਗਏ ਜੀ।
ਟੋਟਲ ਕਿੰਨਾ ਨੁਕਸਾਨ ਹੋਇਆ ਜੀ? ਸਾਡਾ 15 ਲੱਖ ਦੇ ਕਰੀਬ ਟੋਟਲ ਨੁਕਸਾਨ ਹੋਇਆ ਜੀ। ਗੋਲਡ ਕਰ ਰੱਖਣਾ ਪਿਆ ਜੀ? ਗੋਲਡ ਦਾ ਇਹ ਸੀਗਾ ਜੀ, ਤਕਰੀਬਨ ਅਸੀਂ 3-4 ਮਹੀਨੇ ਪਹਿਲਾਂ ਹੀ ਕਢਾ ਕੇ ਲਿਆਏ ਸੀਗੇ ਜੀ, ਸਾਡਾ ਬੈਂਕ 'ਚ ਪਿਆ ਸੀਗਾ। ਅਤੇ ਉੱਥੋਂ ਅਸੀਂ ਤਾਂ ਚਲੋ ਮੰਮਾ ਤਾਂ ਕਹਿੰਦੇ ਵੀ ਰਹੇ ਵੀ ਰੱਖ ਦਿਉ, ਅਸੀਂ ਤਾਂ ਕਢਾ ਲਿਆ ਜੀ। ਉੱਥੇ ਸਾਨੂੰ ਖਰਚਾ ਪੈਂਦਾ ਸੀਗਾ, ਮੈਂ ਕਿਹਾ ਵੀ ਚਲੋ ਨਾਲੇ ਆਪਣੇ ਢਾਬਾ ਹੈਗਾ ਜੀ, ਉਹ ਵੀ ਸਾਡਾ ਹੀ, ਵੀ ਚਲੋ ਇੱਧਰ ਵੀ ਮਤਲਬ ਸਾਰੀ ਰਾਤ ਦਾ ਪਹਿਰਾਦਾਰ ਹੈ, ਹੈ ਨਾ, ਵੀ ਕੋਈ ਰਿਸਕ ਵਾਲੀ ਗੱਲ ਨਹੀਂ ਹੈਗੀ। ਅਤੇ ਸਾਨੂੰ ਕੀ ਪਤਾ ਸੀਗਾ ਵੀ ਇਹ ਕੰਮ ਹੋ ਜੂਗਾ ਜੀ? ਕੋਈ ਸ਼ੱਕ ਵਗੈਰਾ ਕਿਸੇ 'ਤੇ ਕੋਈ ਹੈਗਾ ਤੁਹਾਨੂੰ? ਸ਼ੱਕ ਤਾਂ ਜੀ ਹੁਣ ਦੇਖੋ, ਹੁਣ ਸਿੱਧਾ ਬੰਦਾ ਉੱਥੋਂ ਆਇਆ, ਇੱਧਰ ਅਸੀਂ ਵੀ ਮੰਮਾ ਪਏ ਨੇ, ਨਾਲੇ ਮੈਂ ਪਿਆ, ਹੈਗਾ ਤਾਂ ਭੇਤੀ ਬੰਦੇ ਦਾ ਕੰਮ ਹੋ ਸਕਦਾ ਜੀ, ਪਰ ਹੁਣ ਅਸੀਂ ਕਹਿ ਨਹੀਂ ਨਾ ਸਕਦੇ, ਸਾਨੂੰ ਪਤਾ ਹੀ ਨਹੀਂ। ਜਮਾ ਹੀ ਨਹੀਂ ਜੇ ਖੜਕਾ ਹੁੰਦਾ ਅਸੀਂ ਉੱਠਦੇ, ਹੁਣ ਸਾਨੂੰ ਸਾਡੇ ਘਰੇ ਕੋਈ ਡੰਗਰ ਵੀ ਖੁੱਲ ਜਾਵੇ ਅਸੀਂ ਤਾਂ ਵੀ ਉੱਠ ਖੜਦੇ ਹਾਂ, ਪਰ ਰਾਤ ਸਾਨੂੰ ਬਿਲਕੁਲ ਵੀ ਨਹੀਂ ਜੀ ਪਤਾ ਲੱਗਿਆ। ਸਾਨੂੰ ਕੁਛ ਨਹੀਂ ਜੀ, ਕੋਈ ਸਾਡੇ ਕੋਲ ਸੀਸੀਟੀਵੀ ਨਹੀਂ ਹੈ ਜੀ, ਕੈਮਰਾ ਹੈ ਨਹੀਂ। ਢਾਬੇ 'ਤੇ ਹੈਗੇ ਨੇ ਜੀ, ਉੱਥੇ ਤਾਂ ਫਿਰ ਕਸਟਮਰ ਦੋ ਮਤਲਬ ਜਿੰਨੇ ਵੀ ਹੈਗੇ ਨੇ ਕਸਟਮਰ ਨੇ, ਮਤਲਬ ਹੁਣ ਇੱਦਾਂ ਪਤਾ ਨਹੀਂ ਨਾ ਲੱਗੇਗਾ ਵੀ ਕੌਣ ਹੈ। ਅਤੇ ਅਸੀਂ ਸੀਸੀਟੀਵੀ ਕਢਾਈ ਵੀ ਢਾਬੇ ਵਾਲੀ ਅਸੀਂ ਨੇ ਦੇਖੀ, ਹੁਣ DVR 'ਚ ਪਵਾਵਾਂਗੇ, ਉਹਨੂੰ ਪ੍ਰੋਪਰ 8 ਤੋਂ ਲੈ ਕੇ ਸਵੇਰੇ 4 ਵਜੇ ਤੱਕ ਚੈੱਕ ਕਰਾਂਗੇ ਜੀ ਸਾਰੀ। ਮੇਰਾ ਨਾਮ ਰਣਜੀਤ ਸਿੰਘ ਹੈ ਜੀ, ਮੈਂ ਲੰਬੜਦਾਰ ਵੀ ਹਾਂ, ਸਾਬਕਾ ਸਰਪੰਚ ਵੀ ਹਾਂ ਇੱਥੇ ਦਾ। ਇਹ ਸਾਨੂੰ ਰਾਤ ਕੁਛ ਨਹੀਂ ਪਤਾ ਲੱਗਿਆ, ਨਿਆਣੇ ਵਿੰਦਰ ਅਤੇ ਮੈਂ ਬਾਹਰ ਢਾਬੇ 'ਤੇ ਪਿਆ ਸੀਗਾ, ਡਿਊਟੀ 'ਤੇ ਸੀਗਾ। ਅਤੇ ਜਿਸ ਟਾਈਮ ਇਹਨਾਂ ਨਾਲ ਉਰੇ ਕਾਰਵਾਈ ਹੋਈ ਹੈ, ਕਿ ਇਹਨਾਂ ਨੂੰ ਵੀ ਨਹੀਂ ਪਤਾ ਲੱਗਿਆ, ਦਰਵਾਜ਼ਾ ਵੀ ਇਹਨਾਂ ਦਾ ਜਿੱਥੇ ਪਏ ਸੀ ਉਹ ਬਾਰ ਵੀ ਖੁੱਲ੍ਹਾ ਤਾਂ, ਕੋਈ ਵਿੜਕ ਨਹੀਂ ਆਈ, ਕੋਈ ਕੁਛ ਨਹੀਂ ਹੋਇਆ। ਇਹ ਜਿਹੜਾ ਸੋਨਾ ਤਾਂ ਇਹਨਾਂ ਨੇ ਪਹਿਲਾਂ ਲੋਕਰ 'ਚ ਰੱਖਿਆ ਵਾ ਤਾ, ਫਿਰ ਇਹ ਬੇਟਾ ਮੇਰਾ ਢਾਬੇ ਦਾ ਕੰਮ ਕਰਦਾ, ਇਹਨੂੰ ਐਂ ਤਾਂ ਵੀ ਕੰਮ ਕਰਾਉਣਾ ਤਾਂ ਬਾਥਰੂਮ ਵਗੈਰਾ ਬਣਾਉਣੇ, ਅਤੇ ਇਹਨੇ ਮੇਰੇ 'ਤੇ ਬਿਨਾਂ ਇਹਨੂੰ ਐਂ ਤਾਂ ਵੀ ਚੱਲ ਮੈਂ ਸੋਨਾ ਵੇਚ ਦੂੰਗਾ ਜਾਂ ਮੈਂ ਲੋਨ ਕਰਾ ਲੂੰਗਾ। ਮੈਨੂੰ ਫਿਰ ਮੇਰੇ ਘਰਦਿਆਂ ਨੇ ਦੱਸਿਆ ਵੀ ਲੋਨ ਕਰਾਉਣ ਨੂੰ ਕਹਿੰਦਾ, ਮੈਂ ਰੋਕਤਾ, ਮੈਂ ਕਿਹਾ ਵੀ ਲੋਨ ਨਾ ਕਰਾਈਏ ਇਹਦੇ, ਪਰ ਫਿਰ ਮੁੜ ਕੇ ਬਣਦਾ ਨਹੀਂ, ਹੁਣ ਬਣਿਆ ਵਾ। ਉਹ ਵੀ ਇੱਕ ਕੁੜੀ ਸਾਡੀ ਰਿਸ਼ਤੇਦਾਰ ਸਾਡੇ ਘੁੰਮਣ ਗਏ, ਅਤੇ ਉਹ ਜਾਂਦੇ ਪਏ ਵੀ ਸਾਡੇ ਕਿਤੇ ਕੋਈ ਇਹੋ ਜਿਹੀ ਗੱਲਬਾਤ ਨਾ ਹੋ ਜਾਵੇ, ਉਹ ਵੀ ਇੱਥੇ ਰੱਖ ਗਏ ਸੇਵ ਵਾਸਤੇ। ਵਿਚਾਰੀ ਦਾ ਉਹਦਾ ਵੀ 10-11 ਤੋਲੇ ਸੋਨਾ, ਉਹਦਾ 13-14, 12-13 ਸਾਡਾ ਚੋਣਾ ਜੀ, ਸਾਰਾ ਪਤਾ ਤਕਰੀਬਨ 30-24 ਤੋਲੇ ਬਣਦੇ ਜੀ। ਕਿੰਨੇ ਕੁ ਲੱਖ ਦਾ ਨੁਕਸਾਨ ਲੱਗਦਾ ਹੈ ਜੀ? 14-15 ਲੱਖ ਰੁਪਈਆ ਨੁਕਸਾਨ, ਕੈਸ਼ 1.5 ਲੱਖ ਰੁਪਈਆ ਕੈਸ਼ ਤਾਂ ਜੀ। ਥਾਣਾ ਸਰਹੰਦ ਨਰਪਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਚੱਲ ਰਹੀ ਹੈ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਕੰਪਲੀਟਡ ਆਏ ਨੇ ਤੇ ਜਿਹੜਾ ਕੋਈ ਸਸਪੈਕਟ ਆ ਉਹਨਾਂ ਦੇ ਨੌਕਰ ਹੈ, ਤੇ ਉਹਨਾਂ ਨੇ ਵਿਜੇ ਦੱਸਿਆ ਕਿ ਅਸੀਂ ਇਹਨੂੰ ਇਨਵੈਸਟੀਗੇਟ ਕਰ ਰਹੇ ਹਾਂ, ਤੇ ਫਿਰ ਅਸੀਂ ਇਨਵੈਸਟੀਗੇਟ ਕਰਕੇ ਅਸੀਂ FIR ਕਰਕੇ ਤੇ ਜੋ ਵੀ ਹੈਗੇ ਇਹਨੂੰ ਟ੍ਰੇਸ ਕਰਨਾ ਜੀ। ਇਹ ਚੋਰੀ ਕੁਝ ਨੰਬਰਾਂ ਦਾ ਧਾਬੇ ਦੇ ਨਾਲ ਜਿਹੜੀ ਹੋਈ ਹੈ ਕਰਾ। ਹਾਂਜੀ ਹਾਂਜੀ, ਸਿੰਘ ਟਿਵਾਣਾ ਦੀ ਖਾਸ ਰਿਪੋਰਟ।